ਸਾਬਾਸ ਸੱਚੇ ਤਖਤ ਬੁਲਾਵੇ ਸੋਏ ਦੇ ਵਡਿਆਈ ਕਰੇ ਸੋ ਹੋਏ। ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ, ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸਾਬਾਸ। ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਧ ਪਾਸ, ਹੈ ਹਜ਼ੂਰ ਹਾਜ਼ਰ ਅਰਦਾਸ ਦੁੱਖ ਸੁੱਖ ਸਾਚ ਕਰਤੇ ਪ੍ਰਭਾਸ। ਗੁਰਦਾਤਾ ਦਾਤਾਰ ਹੈ, ਗੁਰਦਾਤਾ ਦਾਤਾਰ ਹੈ, ਵਾਹਿਗੁਰੂ ਤਿਸ ਅੱਗੇ ਅਰਦਾਸ ਕਰ ਜੋ ਮੇਲੇ ਕਰਤਾਰ। ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ, ਸਦਾ ਸਦਾ ਸਲਾਹੀਏ ਅੰਤ ਨ ਪਾਰਾਵਾਰ। ਨਦਰ ਤੁਧ ਅਰਦਾਸ ਮੇਰੀ, ਜਿਨੇ ਆਪੀ ਉਪਾਇਆ ਤਾਂ ਮੈਂ ਕਹਿਆ ਕਹਣ ਜਾਂ ਤੁਝੇ ਕਹਾਇਆ ਅਰਦਾਸ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਈ, ਸ੍ਰੀ ਹਰਿ ਕ੍ਰਿਸ਼ਨ ਤਿਹਾਈ ਆਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਹੈ, ਘਰ ਨਾਉ ਨਿਧਿ ਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਪਾਤਸ਼ਾਹ, ਪੰਥ ਦੇ ਵਾਲੀ, ਅੰਮ੍ਰਿਤ ਦੇ ਦਾਤੇ, ਚੋ ਜੀ ਪ੍ਰੀਤਮ ਦਸਮੇਸ਼ ਪਿਤਾ ਸਰਬੰਸ ਦਾਨੀ ਜੀਓ, ਸਭ ਥਾਈ ਹੋ ਹੋ ਜੀ ਸਹਾਇ। ਧੰਨ 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 ਦਸਾਂ ਪਾਤਸ਼ਾਹੀਆਂ ਦੀ ਆਤਮਿਕ ਸਰੂਪ, ਜਾਗਤੀ ਜੋਤ ਸਰਬ ਕਲਾ ਭਰਪੂਰ, ਜੁਗੋ ਜੁਗ ਅਟਲ ਕਲ ਯੁਗ ਦੇ ਬੋਹਿਤ, ਖੰਡਾਂ ਬ੍ਰਹਮੰਡਾਂ ਵਿੱਚ ਪ੍ਰਕਾਸ਼ਮਾਨ ਪਰੋਪਕਾਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਪਵਿੱਤਰ ਪਾਵਨ ਮਹਿਮਾ ਅਗਾਧ ਬੋਧ ਹੈ। ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਰ, ਆਪੇ ਆਪ ਆਪ ਸਲਾਹੇ ਤੇਰੇ ਗੁਣ, ਪ੍ਰਭ ਤੁਝੀ ਮਾਹੇ ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ, ਆਪੇ ਅਲਖ ਅੱਥਾ ਹੈ, ਵਰਨਾ ਸਾਕੋ ਜੈਸਾ ਤੂੰ ਹੈ। ਸੱਚੇ ਅਲਖ ਅਪਾਰਾ ਅਤੁੱਲ ਅਥਾ ਡੋਲ ਸੁਆਮੀ, ਨਾਨਕ ਖਸਮ ਹਮਾਰਾ। ਧੰਨ ਧੰਨ ਗੁਰਦੇਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ,
ਆਪ ਜੀ ਦੀ ਮਹਿਮਾ ਅਕਥ ਹੈ ਸਤਿਗੁਰੂ ਜੀ, ਕਥੀ ਨਾ ਜਾਏ। ਅਲੱਖ ਹੈ ਦਿਆਲੂ ਜੀ, ਲਿਖੀ ਨਾ ਜਾਏ ਆਪ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ। ਖਾਲਸਾ ਜੀ ਬੋਲੋ ਜੇ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ। ਖਾਲਸਾ ਜੀ ਬੋਲੋ ਜੇ, ਆਪ ਜੀ ਦੇ ਸਾਜੇ ਨਿਵਾਜੇ ਪੰਜ ਪਿਆਰੇ, ਭਾਈ ਦਇਆਲ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਚਾਰ ਸਾਹਿਬਜ਼ਾਦੇ, ਬਾਬਾ ਸਾਹਿਬ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਚਾਲੀ ਮੁਕਤੇ, ਭਾਈ ਮਹਾਂ ਸਿੰਘ ਜੀ, ਮਾਈ ਭਾਗ ਕੌਰ ਜੀ, ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਸਾਸ ਗਿਰਾ ਸਤਿਗੁਰ ਆਪ ਜੀ ਦਾ ਪਵਿੱਤਰ ਪਾਵਨ ਨਾਮ ਜਪਿਆ, ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ। ਖਾਲਸਾ ਜੀ ਬੋਲ ਜੇ, ਪੁਰਾਤਨ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏਸੀ ਦਿੱਤੇ, ਬੰਦ ਬੰਦ ਕਟਵਾਏ, ਚਰਖੜੀਆਂ 'ਤੇ ਚੜ੍ਹੇ, ਖੋਪਰੀਆਂ ਲੁਹਾਈਆਂ, ਤਨ ਆਰਿਆਂ ਨਾਲ ਚਿਰਵਾਏ ਗਏ, ਸਿੱਖੀ ਕੇਸਾਂ ਸਵਾਸਾਂ ਸੰਘ ਨਿਭਾਏ, ਗੁਰਧਾਮਾਂ ਦੇ ਬਚਾਉਣ ਦੀ ਖਾਤਰ ਬੇਅੰਤ ਸ਼ਹੀਦੀਆਂ ਪਾਈਆਂ, ਧਰਮ ਨਹੀਂ ਹਾਰਿਆ, ਤਿੰਨਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਆਤ ਕਰੜੀ ਕਮਾਈ ਦਾ ਧਿਆਨ। ਖਾਲਸਾ ਜੀ ਬੋਲ ਜੇ, ਪੰਜੇ ਪਵਿੱਤਰ ਤਖ਼ਤ ਸਾਹਿਬਾਨ ਸਮੂਹ ਪਾਵਨ ਗੁਰਧਾਮਾਂ ਦੇ ਦਰਸ਼ਨ ਦੀਦਾਰਾਂ ਦਾ ਧਿਆਨ। ਖਾਲਸਾ ਜੀ ਬੋਲ ਜੇ, ਬਿਰਤ ਮੇ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ, 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 ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਖਿਆ ਰਿਹਾਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੇ, ਬਖਸ਼ੋ ਦਾਤਾਰ ਪਿਤਾ ਜੀਓ, ਸਿੱਖਾਂ ਨੂੰ ਸਿੱਖੀ ਦਾ ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਸ਼ਨ ਇਸ਼ਨਾ, ਚੌਂਕੀਆਂ ਝੰਡੇ ਵੰਗੇ ਜਗੋ ਜੁਗਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੇ, ਸਤਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਰੱਖੋ, ਸੱਚੇ ਪਾਤਸ਼ਾਹ ਨੀਵਾਂ ਰੱਖੋ, ਮਤ ਉੱਚੀ ਬਖਸ਼ੋ, ਮਤ ਪਾਤੇ ਰੱਖਿਆ ਅਕਾਲ ਪੁਰਖ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਪਾਵਨ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਤਿਨ੍ਹਾਂ ਦੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ
ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਓ ਕੇ ਮਾਨ ਸਤਿਗੁਰੂ, ਨੇ ਤਾਣਿਓ ਕੇ ਤਾਣਿਓ, ਟਿਓ ਕੀਓ ਨੀ ਆਸਰਿਓ ਕਾ ਆਸਰਾ। ਗੁਰੂ ਗਰੀਬ ਨਿਵਾਜ ਹਾਜ਼ਰ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ, ਆਪ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਦੋਏ ਕਰ ਜੋੜ ਬੇਨਤੀ ਜੋਦੜੀ ਅਰਜੋਈ, ਆਪ ਜੀ ਦੀ ਪਿਆਰੀ ਪਿਆਰੀ ਸੰਗਤ ਵੱਲੋਂ। ਧੰਨ ਧੰਨ ਗੁਰਦੇਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਨਿਮਿਤ ਆਪ ਜੀ ਨੇ ਬਖਸ਼ਿਸ਼ਾਂ ਮਿਹਰਾਂ ਕੀਤੀਆਂ ਹਰ ਸਾਲ ਵਾਂਗੂ ਚੰਡੀਗੜ੍ਹ ਦੀ ਸਮੂਹ ਸੰਗਤਾਂ ਨੂੰ। ਸਤਿਗੁਰ ਸੱਚੇ ਪਾਤਸ਼ਾਹ 34 ਨੰਬਰ ਸੈਕਟਰ ਦਾਤਾਰ ਪਿਤਾ ਜੀ ਇਸ ਪਾਵਨ ਸਥਾਨ 'ਤੇ, ਧੰਨ ਧੰਨ ਗੁਰਦੇਵ ਸੱਚੇ ਪਾਤਸ਼ਾਹ ਇਹ ਸੁਹਾਵਣੇ ਦਿਵਸ ਵੇਲੇ ਦੇ ਸਮਾਗਮ ਬਖਸ਼ਿਸ਼ ਕੀਤੇ। ਦਾਤਾਰ ਪਿਤਾ ਜੀਓ ਰਹਿਮਤ ਹੋਈ, ਧੰਨ ਧੰਨ ਗੁਰਦੇਵ। ਵਾਹ ਵਾਹ, ਬਾਣੀ ਸੱਚ ਹੈ ਸੱਚ ਮਿਲਾਵਾ ਹੋਏ, ਸੱਚ ਮਿਲਾਵਾ ਹੋਏ। ਵਾਹ ਵਾਹ, ਆਪ ਅਖਾਇਂਦਾ ਗੁਰ ਸ਼ਬਦੀ ਸੱਚ ਸੋਏ। ਵਾਹ ਵਾਹ, ਸਿਫਤ ਸਲਾਹ ਹੈ ਗੁਰਮੁਖ ਬੂਝੇ ਕੋਏ। ਵਾਹ ਵਾਹ, ਬਾਣੀ ਸੱਚ ਹੈ ਸੱਚ ਸੱਚ ਮਿਲਾਵਾ ਹੋਏ। ਨਾਨਕ ਵਾਹ ਵਾਹ ਕਰਤਿਆਂ ਪ੍ਰਭ ਪਾਇਆ, ਵਾਹ ਵਾਹ ਕਰਤਿਆਂ ਪ੍ਰਭ ਪਾਇਆ, ਕਰਮ ਪ੍ਰਾਪਤ ਹੋਏ। ਸੋ ਸਤਿਗੁਰ ਕਹੋ ਸਭ ਧਨ ਧਨ, ਜਿਨ ਹਰ ਭਗਤ ਭੰਡਾਰ ਲਹਾਇਆ। ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਨੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਲਈ ਰਹਿਮਤ ਕੀਤੀ, ਬਖਸ਼ਿਸ਼ ਕੀਤੀ। ਸੱਚੇ ਪਾਤਸ਼ਾਹ ਜੁਗੋ ਜੁਗ ਅਟਲ। ਦਾਤਾਰ ਪਿਤਾ ਜੀਓ ਮਿਹਰਾਂ ਕਰੋ, ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੇ ਮਹਿਲਾਂ ਦੇ ਆਨੰਦ ਮਾਣ ਰਹੇ ਸਮੂਹ ਪੁਰਾਤਨ ਅਤੇ ਨਵੀਨ ਰੰਗ ਰਤੜੀਆਂ ਗੁਰਮੁਖ ਪਿਆਰੀਆਂ ਰੂਹਾਂ ਵੱਲੋਂ ਸੱਚੇ ਪਾਤਸ਼ਾਹ ਇਹ ਅਖੰਡ ਕੀਰਤਨੀ ਜਥੇ ਦੀ ਫੁਲਵਾੜੀ ਆਪ ਜੀ ਨੇ ਬਖਸ਼ੀ ਹੈ। ਮਿਹਰ ਕਰੋ ਦਾਤਾਰਿਸ ਦੀ ਅਗਵਾਈ ਆਪ ਕਰਕੇ ਸੱਚੇ ਪਾਤਸ਼ਾਹ ਇਸ ਨੂੰ ਆਦੀਆਂ ਵਿਆਦੀਆਂ ਤੋਂ ਬਚਾ ਕੇ ਹੋਰ ਹੋਰ ਪ੍ਰਫੁੱਲਤ ਕਰੋ ਸੱਚੇ ਪਾਤਸ਼ਾਹ। ਮਿਹਰਾਂ ਕਰਨੀਆਂ ਦਾਤਾਰ ਪਿਤਾ ਜੀਓ, ਦੂਰਿਓਂ ਨੇੜਿਓਂ ਸਮੂਹ ਸੰਗਤਾਂ ਚੱਲ ਕੇ ਆਈਆਂ, ਤਿਨ੍ਹਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਸੱਚੇ ਪਾਤਸ਼ਾਹ ਇਸ ਪਾਵਨ ਸਥਾਨ ਦੀ ਸੇਵਾ ਨਿਭਾ ਰਹੇ ਸਿੰਘ ਸਾਹਿਬਾਨ ਗੁਰੂ ਦੇ ਟਹਿਰੀਏ ਅਤੇ ਸਮੂਹ ਪ੍ਰਬੰਧਕ ਸੇਵਾਦਾਰ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਚਾਉ ਮਾਓ ਵਿੱਚ ਪ੍ਰੇਮਾ ਭਗਤੀ ਹਿਰਦੇ ਵਿੱਚ ਵਸਾਏ ਕੇ ਸਮੂਹ ਸੇਵਾਵਾਂ ਆਪ ਲਓ ਸੱਚੇ ਪਾਤਸ਼ਾਹ। ਮਿਹਰਾਂ ਕਰਨੀਆਂ ਦਾ ਤਾਰ ਪਿਤਾ ਜੀਓ, ਜੋ ਰਾਤ ਦੇ ਰਹਿਣ ਸਬਾਈ ਕੀਰਤਨ
ਸਤਿਗੁਰ ਸੱਚੇ ਪਾਤਸ਼ਾਹ ਆਪ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਦੀ ਰਸਨਾ 'ਤੇ ਆਪ ਬੈਠ ਕੇ ਆਪਣੇ ਅਖੁੱਟ ਅੰਮ੍ਰਿਤ ਭਰੇ ਭੰਡਾਰ ਤੋਂ ਅੰਮ੍ਰਿਤ ਰਸ ਦੇ ਭੋਜਨ ਛਾਂਦੇ ਹਿਰਦੇ ਵਿੱਚ ਪਹੁੰਚਾਏ ਕੇ ਇਹ ਜੀਵਨ ਯਾਤਰਾ ਸਫਲ ਕਰ ਦਿਓ ਸੱਚੇ ਪਾਤਸ਼ਾਹ। ਮਿਹਰਾਂ ਕਰਨੀਆਂ ਅੰਮ੍ਰਿਤ ਸੰਚਾਰ ਵਿੱਚ ਆਪ ਵਰਤਣਾ, ਮਿਹਰਾਂ ਕਰਨੀਆਂ ਦਾਤਾਰ ਪਿਤਾ ਜੀਓ, ਦੇਸਾਂ ਵਿਦੇਸਾਂ ਜਿੱਥੇ ਕਿੱਥੇ ਗੁਰਸਿੱਖ ਮਾਈ ਭਾਈ ਇਸ ਪਵਿੱਤਰ ਪਾਵਨ ਸਮਾਗਮ ਨਾਲ ਜੁੜ ਬੈਠੇ ਹਨ, ਸਾਰਿਆਂ ਨੂੰ ਚਾਓ ਮਾਓ ਹਿਰਦੇ ਵਿੱਚ ਦਾਤਾਰ ਜੀਓ ਪ੍ਰੇਮਾ ਭਗਤੀ ਬਖਸ਼ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਇਸ ਪਾਵਨ ਸਮਾਗਮ ਵਿੱਚ ਦਿਨੇ ਰਾਤ ਸੇਵਾ ਕਰ ਰਹੇ ਗੁਰਸਿੱਖ ਮਾਈ ਭਾਈ ਨਾਨਾ ਪ੍ਰਕਾਰ ਦੀਆਂ ਸੇਵਾ ਨਿਭਾਉਣ ਵਾਲੇ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਦਾਤਾਰ ਜੀਓ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ੋ, ਤਨ ਮਨ ਅਰੋਗ ਬਖਸ਼ਣਾ। ਦਾਤਾਰ ਪਿਤਾ ਜੀਓ ਸੰਗਤ ਵੱਲੋਂ ਜੋਦੜੀ ਹੈ ਅੰਮ੍ਰਿਤਸਰ ਵਿਖੇ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਸੱਚੇ ਪਾਤਸ਼ਾਹ ਹਸਪੀਟਲ ਵਿੱਚ ਪਏ ਆ, ਬਖਸ਼ਿਸ਼ ਕਰੋ ਦਾਤਾਰ ਪਿਤਾ ਜੀਓ। ਇੱਕ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਸਤਿਕਾਰਯੋਗ ਭਾਈ ਜਸਵੀਰ ਸਿੰਘ ਉਹ ਵੀ ਵੈਂਟੀਲੇਟਰ 'ਤੇ ਹਨ, ਸੱਚੇ ਪਾਤਸ਼ਾਹ ਮਿਹਰ ਕਰੋ ਆਪੇ ਵੈਦ ਆਪ ਨਰਾਇਣ, ਇਹ ਵੈਦ ਜੀ ਕਾ ਦੁੱਖ ਲਾਇਨ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ, ਨਾਨਕ ਜਿਸ ਮਨ ਵਸੇ ਤਿਸ ਜਨ ਕੇ ਸਭ ਦੁੱਖ ਮਿਟਾਇਨ। ਸਤਿਗੁਰ ਸੱਚੇ ਪਾਤਸ਼ਾਹ ਨਾਮ ਦਾ ਔਖਦ ਬਖਸ਼ ਕੇ ਨੌ ਵਰ ਨੌ ਕਰਕੇ ਸੰਗਤ ਨਾਲ ਮਿਲਣ ਦੀ ਕਿਰਪਾਲਤਾ ਕਰੋ। ਸਾਰੇ ਸੰਸਾਰ ਵਿੱਚ ਜਿੱਥੇ ਕਿੱਥੇ ਗੁਰਸਿੱਖ ਮਾਈ ਭਾਈ ਆਪਣੇ ਆਖਰੀ ਪੜਾਓ ਵਿੱਚ ਵਿਚਰ ਰਹੇ ਹਨ, ਦਾਤਾਰ ਪਿਤਾ ਜੀ ਸਾਰੀ ਉਮਰ ਸੰਗਤ ਕੀਤੀ ਹੈ, ਇਸ ਵੇਲੇ ਸਰੀਰ ਖੇਦ ਵਿੱਚ ਹਨ, ਸਾਰਿਆਂ ਨੂੰ ਸੁਖਾਲੀ ਸਵਾਸੀ ਨਾਮ ਦੀ ਰੰਗਣ ਵਿੱਚ ਇਹ ਜੀਵਨ ਯਾਤਰਾ ਸਫਲ ਕਰਨੀ। ਸਮੂਹ ਸੰਗਤਾਂ ਦੀ ਚਰਨ ਧੂੜ ਦਾ ਸਦਕਾ ਇਸ ਪਾਪੀ ਦਾਸਰੇ ਦੀ ਝੋਲੀ ਵਿੱਚ ਵੀ ਬੰਦਗੀ ਦਾ ਖੈਰ ਪਾ ਦਿਓ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਆਪ ਜੀ ਭੋਗ ਲਗਾਓ, ਸੀਤ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਪਾਵਨ ਹੁਕਮ ਬਖਸ਼ ਕੇ ਅਸੀਸ ਬਖਸ਼ੋ, ਸਹੀ ਸੱਜਣ ਮਿੱਤਰ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਸਾਜਗਿਰਾ ਚੇਤਾਵੇ, ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਗਿਆ ਬਹੀ ਅਕਾਲ ਕੇ ਸਭ ਸੇਖਨ ਕੋ ਹੁਕਮ ਗੁਰੂ ਗ੍ਰੰਥ ਜੀ ਮਾਣਿਓ ਜੋ ਪ੍ਰਭ ਕੋ ਮਿਲ ਪਹੁੰਚਾ ਰਾਜ ਕਰੇਗਾ ਖਾਲਸਾ ਫਾਰ ਹੋਏ ਸਭ ਮਿਲੇਂਗੇ ਠੀਕ ਕਰ ਦਲੀਸ ਸਿਰ ਤੇਗ ਬਹਾਦਰ ਸੀ ਕਿਰਿਆ ਤੇਗ ਬਹਾਦਰ ਕੇ ਚਲਤ ਹੈ 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 ਸਭ ਜਗ ਭਯੋ ਬੋਲੇ ਸੋਨਿਓ ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਸਾਹਿਬ ਜੀ। ਸਤਿਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰਿਤੈ ਤੈਂ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਹੈ ਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਫਰਮਾਇਓ। ਅਮੈਂ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਵਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵਨੇ ਦਰਿਆਉ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਿਨ ਸੁਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹਿਲਾ ਪੰਜਵਾਂ, ਗੁਰ ਆਪਣੇ ਉਪਰ ਵੱਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ, ਗੁਰ ਆਪਣੇ ਉਪਰ ਵੱਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ, ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਗਲ ਘਟਾਂ ਕਾ ਅੰਤਰ ਜਮੀ, ਰਹਾਉ ਚਰਨ ਕਮਲ ਸਿਉਂ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ।
ਸੰਤ ਪ੍ਰਸਾਦ ਵਸੈ ਮਨ ਮਾਹੀ, ਜਨਮ ਜਨਮ ਕੇ ਕਿਲ ਵੇਖ ਜਾਹੀ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸੰਤ ਰਵਾਲਾ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਨਾਨਕ ਮੰਗੈ ਸੰਤ ਰਵਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।